पंजाबी इन फ्रांस सत श्री अकाल बोलो सत श्री अकाल। हाँ, आज दे ब्लॉग विच मैं शो करूंगी कि 80 50 या 60 यूरो विच किन्नी ग्रोसरी की असी शॉपिंग कीती आ ते तुसी साडा ब्लॉग लास्ट तक देखियो ते अगर थानू साडा ब्लॉग पसंद आए तो साडे चैनल नु लाइक करियो और की करियो सब्सक्राइब सब्सक्राइब लाइक लाइक। हां जी चोला मनु फिर तो तैयार है काम तो आके शॉपिंग ते जानू ग्रोसरी। हां जी सत श्री अकाल जी वो सुनाओ सब बढ़िया ठीक ठाक। ओके चलिए फिर आपा हाँ जी मनु आ गए सात वाले रियो में देखो कैडी सही है आप आगे जूस की थी या नहीं की थी आज चलिए काम दिया नहीं कैडी जूस की थी अब ठीक है चलिए मार दीजिए मनु दोबारा सोच रहा है अभी कैडी लेके जावे क्योंकि इतने प्रमोशन लगी हुई है शोल्डर लगी है ये है कि भी बढ़िया है मक्साई वाले नहीं वैसे वो भी बढ़िया सी भी ओके ओके हाँ जी हाँ जी ओके मनु ने एक रख के दो चक लिया ने डायपर भी ले लेने हाँ जी वो कितने लेने ओके हम मनु ले रहे हैं नियाल का खाना स्टिंजा बोल नहीं हो बोल ये बीते ना लिखा ये बीते ही आता है ਮਨੂ ਨੇ ਉਹ ਪਰਸਨ ਨੂੰ ਉਹ ਪਿੱਛੇ ਸੀਗੇ ਉਹਨਾਂ ਤੋਂ ਜਸਟ ਦੋ ਬੋਤਲਾਂ ਸੀਗੀਆਂ ਆਪਣੇ ਆਹ ਡਰਿੰਕ ਦੀਆਂ ਉਹਨੂੰ ਅੱਗੇ ਕਰਤਾ ਕਹਿੰਦੇ ਇਹਨੇ ਰੋਜ਼ਾ ਰੱਖਿਆ ਹੋਣਾ ਵਿਚਾਰੇ ਨੂੰ ਅੱਗੇ ਕਰ ਦਿੰਦੇ ਆ ਇਹਨੇ ਜੌਂਤੀ ਆ ਦੇਖੋ ਮਨੂ ਇਹਨੇ ਕੀ ਕਹਿੰਦੇ ਹੁੰਦੇ ਆ ਕੀ ਕਹਿ ਸਕਦੇ ਜੌਂਤੀ ਨੂੰ ਮਨੂ ਜੌਂਤੀ ਕੀ ਹੁੰਦਾ ਚੰਗਾ ਇਨਸਾਨ ਆ ਨਾ ਮੈਂ ਕਿਹਾ ਤੁਸੀਂ ਥੋੜਾ ਕਿਹਾ ਵੀ ਉਹ ਚੱਲ ਬਜਾਰੇ ਤੋਂ ਇੱਕ ਦੋ ਸਮਾਨ ਉਹਨੂੰ ਮੋਰੇ ਕਰ ਦਿੰਦੇ ਆ ਅੱਗੇ ਕਰ ਦਿੰਦੇ ਆ ਚੰਗਾ ਬੰਦਾ ਚੰਗਾ ਨਹੀਂ ਆਪਣੇ ਆਪ ਨੂੰ ਕਹਿੰਦਾ ਤਾਂ ਦੂਜਾ ਬੰਦਾ ਕਹਿੰਦਾ ਫਿਰ ਵਧੀਆ ਲੱਗਦਾ ਮੈਂ ਤੁਹਾਨੂੰ ਕਿਹਾ ਚੰਗਾ ਹਾਂਜੀ ਜੀ ਤਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੈਸੇ 60 ਦੀ ਨਹੀਂ 61 ਯੂਰੋ ਦੀ ਹੋਈ ਆ 61 ਰੁਪਏ ਕੁਝ ਸੈਂਟੀਆਂ ਦੀ ਆ ਥੋੜੀਆਂ ਸੈਂਟੀਆਂ ਵੀ ਉੱਤੇ ਲੱਗੀਆਂ ਨੇ
ਤੇ ਸੈਂਟੀਆਂ ਸੈਂਟੀਆਂ ਵੀ ਬਹੁਤ ਅਹਿਮੀਅਤ ਰੱਖਉਂਦੀਆਂ ਇੱਥੇ ਯੂਰੋ ਵਿੱਚ, ਮਾੜੀਆਂ ਮੋਟੀਆਂ ਨੀਗੀਆਂ। ਤੇ ਜਿਹੜਾ ਛੋਟਾ ਛੋਟਾ ਸਮਾਨ ਹੈ ਆਈ ਵਿਲ ਸ਼ੋ ਐਟ ਹੋਮ, ਘਰ ਜਾ ਕੇ ਸ਼ੋ ਕਰੂੰਗੀ। ਤੇ ਵੱਡਾ ਸਮਾਨ ਤਾਂ ਇੱਥੇ ਤੁਹਾਨੂੰ ਪਤਾ ਹੀ, ਅਸੀਂ ਪਾਣੀ ਲਿਆ, ਦੁੱਧ ਲਿਆ ਵਗੈਰਾ ਵਗੈਰਾ। ਚਲੋ ਮੈਨੂੰ ਵਿੱਚ ਰੱਖ। ਆ ਦੇਖੋ ਜਿਹੜੀ ਆਪਾਂ ਸਰਫ ਲਈ ਸੀਗੀ, ਇਹ ਬਸ ਪ੍ਰਮੋਸ਼ਨ ਲੱਗੀ ਸੀ ਇੱਥੇ, ਸੋਲਡ ਲੱਗੀ ਸੀਗੀ, ਇਹ ਤਾਂ ਕਰਕੇ 10 ਯੂਰੋ ਦੀਆਂ ਦੋ ਆ ਗਈਆਂ। ਇੱਕ ਉਹਨਾਂ ਲਈ ਪਾਣੀ ਦੇ ਦੋ ਕੇਸ ਲਏ 7 ਯੂਰੋ ਤੇ ਕੁਝ ਸੈਂਟੀਆਂ ਦੀ। ਓਕੇ, ਤੇ ਜਿਹੜੀ ਦੂਜੀ ਆ ਉਹ 50% ਹੈ, ਉਹੀ 50% ਸੀਗੀ ਦੂਸਰੀ ਡਿਸਕਾਊਂਟ ਤੇ, ਆਪਾਂ ਤਾਂ ਲੈ ਲਈ। ਆ ਛੋਟਾ ਛੋਟਾ ਸਮਾਨ ਆਪਾਂ ਘਰੇ ਆ ਕੇ ਮੈਂ ਤੁਹਾਨੂੰ ਸ਼ੋ ਕਰੂੰਗੀ। ਤੇ ਆ ਆਪਾਂ ਲਿਆ ਦੁੱਧ, ਇਹ ਵੀ ਦੋ ਕੇਸ ਹੀ ਲਏ ਆ, ਇਹ ਤੇ ਵੀ ਸੋਲਡ ਲੱਗੀ ਸੀ ਵੈਸੇ। ਮੈਨੂੰ ਇਹ ਵੀ ਕਿੰਨਾ ਆਇਆ ਸੀਗਾ, ਇਹ ਵੀ ਜਿੱਦਾਂ ਇਹ ਵੀ 50% ਦੇ ਹਿਸਾਬ ਨਾਲ ਲੀਗਾ। ਵੀ ਆਪਾਂ ਨੂੰ ਇਹ 10 ਯੂਰੋ ਚ ਮਿਲ ਗਿਆ। ਇਹ ਕਿੰਨੇ ਲੀਟਰ ਦੁੱਧ ਆ? ਇਹ ਹੈਗਾ 2 4 6 8 16 ਲੀਟਰ ਆ, 16 ਲੀਟਰ ਆ। ਹਾਂਜੀ, ਨਾਓ ਵੀ ਆਰ ਐਟ ਹੋਮ, ਅਸੀਂ ਘਰੇ ਆ ਗਏ ਸੀ। ਤੇ ਆ ਬੜਾ ਆਪਣਾ ਦਹੀਂ ਮੈਂ ਆਲਰੇਡੀ ਜਿਹੜਾ ਸ਼ੋ ਕੀਤਾ ਆ, ਇਹ ਵੀ ਆਪਣਾ 60 ਯੂਰੋ ਦੇ ਵਿੱਚ ਆ। ਆਹ ਬ੍ਰੈਡ, ਆਹ ਸਲਾਦ, ਆਹ ਇੰਨਾ ਕੁ ਅਦਰਕ, ਇਹ ਹੈਗਾ 1 ਯੂਰੋ 85 ਸੈਂਟੀਆਂ ਦਾ। ਆਹ ਹੈਗਾ ਮਿਲ ਦੇ ਲੌਂਜਰ ਦਾ ਵਾਈਪਸ, ਆਹ ਤਾਂ ਚਲੋ ਆਪਾਂ ਵੈਸੇ ਮੈਗਾ ਲਈ ਪਰਚੇਸ ਕੀਤਾ। ਆਹ ਕੇਲੇ 1 ਯੂਰੋ ਦੇ, ਆਹ ਮਿਲ ਦੇ ਲਈ ਆ। ਆਹ ਵੀ ਇਹ 2 ਪੀਸ ਲਿਆਂਦੇ ਕਿਉਂਕਿ ਅਸੀਂ ਫਿਰ ਬਾਰ ਬਾਰ ਜਾਂਦੇ ਰਹੀਦਾ ਹਫ਼ਤੇ 'ਚ, ਜਿੱਦਾਂ ਕਿ ਮੈਂ ਤੁਹਾਨੂੰ ਆਲਰੇਡੀ ਦੱਸਿਆ 2-3 ਵਾਰੀ। ਆਹ ਉਹਦੇ ਡਾਈਪਰ ਆ, ਅਤੇ ਆਹ ਹੈਗਾ ਆਪਣਾ ਪੀਜ਼ੇ ਵਾਲਾ ਚੀਜ਼ ਆ, ਆ ਮੋਜ਼ਰੇਲਾ ਚੀਜ਼ ਆ। ਅਸੀਂ ਆ ਜੋ ਸਮਾਨ ਲੈਂਦੇ ਜਿਹੜਾ ਕਿ ਸਾਡਾ ਫਿਨਿਸ਼ ਹੋ ਗਿਆ ਸੀਗਾ, ਜ਼ਰੂਰੀ ਜ਼ਰੂਰੀ ਜਿਹੜਾ ਚਾਹੀਦਾ ਸੀਗਾ। ਅਤੇ ਆਹ ਆਲੂ, ਆ 2 ਪੈਕਟ ਫਰੋਜ਼ਨ ਸਬਜ਼ੀਆਂ ਆ, ਇੱਕ ਤਾਂ ਹੈਗੀਆਂ ਮਸ਼ਰੂਮਸ, ਇੱਕ ਤਾਂ ਉੱਦਾਂ ਮਿਕਸ ਆ, ਅਤੇ ਉਹ ਔਰੇਂਜ ਆਲਰੇਡੀ ਮੈਂ ਸ਼ੋ ਕੀਤਾ, ਪਾਣੀ ਅਤੇ ਦੁੱਧ। ਇਹ ਆਪਣਾ ਸਮਾਨ ਆ ਸਾਰਾ 60 ਯੂਰੋ ਵਿੱਚ ਆਇਆ। ਜੇ ਦੇਖਿਆ ਜਾਵੇ ਤਾਂ 1 2 3 4 5 6 7 8 9 10 11 ਆਪਣੀਆਂ 14 ਕੁ ਚੀਜ਼ਾਂ ਆਈਆਂ ਆ। ਫਰੂਟਸ ਅਸੀਂ ਜ਼ਿਆਦਾਤਰ ਆਪਣੇ ਫਰੈਸ਼ ਜਿਹੜੀ ਮਾਰਕੀਟ ਹੁੰਦੀ ਮਾਰਸ਼ਿਟ ਤੋਂ ਹੀ ਪਰਚੇਜ਼ ਕਰਦੇ ਹਾਂ, ਇਹ ਤਾਂ ਚਲੋ ਨਾਲ ਸਰਦੇ ਨੂੰ ਆਪਾਂ ਲਿਆਉਂਦੇ ਆ। ਹੈਲੋ ਮੈਗਾ, ਤੂੰ ਕਿੱਥੇ ਚੱਲੀ?